सतनाम वाहे गुरु साहिब जियो। बिलावल महला पंजवां, ताप संताप सगले गए, बिनसे ते रोग पार ब्रह्म तू बख्शिया, संतन रस भोग रहाओ। ताप संताप सगले गए, बिन से ते रोग पार ब्रह्म तू बख्शिया, संतन रस भोग रहाओ। सर्ब सुखा तेरी मंडली, तेरा मन तन आरोग। गुण गाओ नित राम के, एह अवखद जोग। आए बसो घर देश में, ए भले संजोग। नानक प्रभ सुप्रसन्न भये, लह गए वियोग। आए बसो कर देश में, ए भले संजोग। नानक प्रभ सुप्रसन्न भये, लह गए वियोग। वाहिगुरु जी का खालसा, वाहिगुरु जी की फतेह। जुगो जुग अटल, तन तन गुरु ग्रंथ साहिब जी। गुरु पातशाह जी दी अपार बख्शिश, शाम समय संगत दियां कड़ियां असी प्राप्त कीतियां ने। वक्त गुरबाणी व्याख्या दा है, इस विच बिलावल राग दे बचन गुरु अर्जन पातशाह द्वारा उच्चारण किया गया। लाही संदेश दुपदयां दे वाक असी विचारदे हां। शब्द आपने सरवण कर लिया है, पहला ही बंद रहा उहदा बंद है। गुरु महाराज जो नवाजिश कर रहे ने, ताप संताप सगले गए, बिनसे ते रोग पार ब्रह्म तू बख्शिया, संतन रस भोग। जे आप लगातार बाणी दी विचार पिछों सुनदे आ रहे होवो, तो देर आर एक्चुअली सम सोर्ट ऑफ रेपिटिशन विच इज कमिंग इन दी शब्द्स। उहदा कारण भी इहो है कि अज दे असी मतलब मॉडर्न परस्पेक्टिव विच देखिए, अज दा एजुकेशनल सिस्टम देखिए, ते विच वर्ड यूज किया जाता ड्रिलिंग। किसी चीज़ नूं रैपिटिशन विच लिया के उसका साड़ी सोच दे नाल संबंध बना देना, यही सिमरन है। महाराज जी वार वार ता ही रैपिटिशन हो रही है। कुछ चीज़ा वाजिब तौर पर वक्रे वक्रे ढंग नाल तुसी सुनोगे, जिन्हां दा अल्टीमेट रिजल्ट, अल्टीमेट मकसद, निशाना एक ही है, तो फिर वह असर तो डेफिनेटली मिलना ही मिलना है। पर हाँ, तरीकेकार थोड़ी बहुत बदलेगी, आले दुआले ख्याल बदलेगा, थोड़ा कहने का तरीका बदलेगा, पर एंड रिजल्ट उही आएगा। ये चीज़ें आ रही, शब्दों लगातार आ रही इस रूप में। बचन जो आप सुन रहे थे, ताप संताप सगले गए, बिनसे ते रोग। एक दिन बात हो रही सी, दुख रोग संताप उतरे, सुनी सच्ची बाणी, असी इस बचन पढ़ रहे सी। जे देखा जाए तो बंदे बाबत ते कहा जाता है कि बंदे नूं दैविक, दैहिक ते भौतिक, या क्या गया आद ब्याद उपाद, रजो तमो सदो, शरीरक मानसिक आत्मक,
ਇਹ ਰੋਗ ਜਾਂ ਇਹ ਇਸ ਸਨੈਰੀਓ ਦੇ ਵਿੱਚ ਇਸ ਨੂੰ ਚੈਲੰਜਸ ਨੇ, ਇਹਨੂੰ ਡਿਫਰੈਂਟ ਕਿਸਮ ਦੇ ਨਾਲ ਸਫਰਿੰਗਸ ਮਿਲਦੀਆਂ ਨੇ। ਸਰੀਰ ਦੇ ਤਲ 'ਤੇ ਆ ਰਹੀ ਕੋਈ ਵੀ ਸਫਰਿੰਗ ਉਹ ਰੋਗ ਦਾ ਨਾਮ ਲੈ ਲਏਗੀ, ਕਿਉਂਕਿ ਰੋਗ ਸਰੀਰ ਨੂੰ ਲੱਗਦਾ, ਡਿਜ਼ੀਜ਼ ਜਿਹਨੂੰ ਕਹਿੰਦੇ ਆ। ਅੱਜ ਕੱਲ੍ਹ ਡਿਜ਼ੀਜ਼ ਮਾਡਲ ਬਦਲ ਗਿਆ, ਇਹਦੇ ਬਾਬਤ ਐਲੋਪੈਥੀ ਦੇ ਜ਼ਰੀਏ ਟ੍ਰੈਡੀਸ਼ਨਲ ਮੈਡੀਸਨਸ ਦੇ ਨਾਲ ਉਹਨੂੰ ਕੋਰਲੇਟ ਕਰਦਿਆਂ ਹੋਇਆਂ, ਕੁਛ ਪੁਰਾਣੀ ਐਂਸ਼ੀਅੰਟ ਐਜੂਕੇਸ਼ਨ ਨੂੰ ਦੁਬਾਰਾ ਰਿਵਾਈਵ ਕਰਦਿਆਂ ਹੋਇਆਂ ਚੀਜ਼ਾਂ ਨੂੰ ਡਿਫਰੈਂਟ ਪਰਸਪੈਕਟਿਵ ਵਿੱਚ ਵੀ ਸਮਝਿਆ ਜਾ ਰਿਹਾ। ਜਿਵੇਂ ਕੁਛ ਚੀਜ਼ਾਂ ਦੀ ਲੈਕਿੰਗ ਕਰਕੇ ਜਿਹੜੀਆਂ ਮੁਸ਼ਕਲਾਂ ਸਾਡੇ ਸਰੀਰ ਵਿੱਚ ਆਉਂਦੀਆਂ, ਜਿਵੇਂ ਆਇਰਨ ਡਿਫੀਸ਼ੈਂਸੀ ਹੈਗੀ, ਐਨੀ ਟਾਈਪ ਆਫ ਵਿਟਾਮਿਨ ਡਿਫੀਸ਼ੈਂਸੀ ਹੈਗੀ, ਐਨੀ ਟਾਈਪ ਆਫ ਐਨੀ ਕੋਈ ਵੀ ਤੱਤ ਜਿਹੜਾ ਕੰਪੋਨੈਂਟ ਘੱਟਦਾ ਬਾਡੀ ਦੇ ਵਿੱਚ ਜਾਂ ਵੱਧ, ਉਸਨੂੰ ਡਿਜ਼ੀਜ਼ ਕਿਹਾ ਜਾਂਦਾ ਸੀਗਾ। ਹੁਣ ਉਹ ਕਹਿ ਜਾਂਦੇ ਵੀ ਡਿਜ਼ੀਜ਼ ਨਾ ਕਹੋ ਇਸਨੂੰ, ਇਸਨੂੰ ਜਸਟ ਉਸ ਚੀਜ਼ ਦਾ ਲੈਕਿੰਗ ਕਹਿ ਲਓ, ਉਸ ਚੀਜ਼ ਦੀ ਜਿਹੜੀ ਹੈਗੀ ਹੈ ਕੁਝ ਕਿਸੇ ਤਰੀਕੇ ਦੇ ਨਾਲ ਕਮੀ ਕਹਿ ਲਓ। ਸੋ ਉਸ ਕਿਸਮ ਦੀ ਬਾਤ ਹੋ ਰਹੀ ਉਹਦੇ ਅੰਦਰ। ਕੁਛ ਰੂਪ ਦੇ ਵਿੱਚ ਨਵੀਂ ਡਿਜ਼ੀਜ਼ ਮਾਡਲ ਆ ਗਏ, ਜਿਵੇਂ ਬੰਦੇ ਦੀਆਂ ਆਦਤਾਨਾ ਪੱਖ ਤੋਂ ਨਸ਼ਾ ਕਰਨਾ, ਸ਼ਰਾਬ ਪੀਣੀ, ਕੁਝ ਹੋਰ ਬੋਲਚਾਲ ਵਿੱਚ ਬੰਦੇ ਦੇ ਸੁਧਾਰ ਨਾ ਹੋ ਪਾਉਣਾ, ਹੁਣ ਉਹਨੂੰ ਡਿਜ਼ੀਜ਼ ਮਾਡਲ ਕਹਿ ਦਿੱਤਾ ਉਹਨਾਂ ਨੇ। ਉਹ ਕਹਿੰਦੇ ਇਟਸ ਆਲਸੋ ਟ੍ਰੀਟ ਲਾਈਕ ਅ ਡਿਜ਼ੀਜ਼, ਐਡਿਕਸ਼ਨ ਇਜ਼ ਅ ਡਿਜ਼ੀਜ਼, ਐਂਗਰ ਇਜ਼ ਅ ਡਿਜ਼ੀਜ਼। ਸੋ ਲੈਟਸ ਹੈਵ ਦੀਜ਼ ਥਿੰਗਸ ਡੈਫੀਨੇਸ਼ਨ ਐਜ਼ ਅ ਡਿਜ਼ੀਜ਼, ਸੋ ਦੈਟ ਵੀ ਕੈਨ ਟ੍ਰੀਟ ਇਟ ਇਨ ਪ੍ਰੋਪਰ ਵੇ, ਇਹਨੂੰ ਅਸੀਂ ਪ੍ਰੋਪਰ ਵੇ ਦੇ ਨਾਲ ਇਹਨੂੰ ਅਸੀਂ ਟ੍ਰੀਟ ਕਰ ਸਕੀਏ। ਇਸ ਕਿਸਮ ਦੀ ਬਾਤ ਹੋਈ, ਚੀਜ਼ਾਂ ਬਦਲੀਆਂ। ਪਰ ਮੌਲਿਕ ਗੱਲ ਇਹ ਹੈ ਕਿ ਰੋਗ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੈ, ਅਤੇ ਸਰੀਰ ਨੂੰ ਡਰਾਈਵ ਕਰਨ ਵਾਲਾ ਮਨ ਹੈ। ਮਨ ਦਾ ਸੰਬੰਧ ਦੁੱਖ ਨਾਲ ਹੈ, ਫੀਲਿੰਗਸ ਮਨ ਹੁੰਦਾ ਹੈ ਐਕਚੁਅਲੀ, ਦੁੱਖ ਅਤੇ ਸੁੱਖ ਫੀਲਿੰਗ ਦਾ ਮਸਲਾ ਆ। ਸੋ ਉਸ ਲੈਵਲ 'ਤੇ ਇਹ ਕਹਿ ਲਓ ਕਿ ਉਹਦੇ 'ਚ ਸਾਰਾ ਮਨ ਦੀ ਦੁਨੀਆ ਨੂੰ ਸਮਝਣ ਦੀ ਗੱਲ ਹੋ ਰਹੀ ਉਸ ਰੂਪ 'ਤੇ। ਜਿਹੜੀ ਫਿਰ ਸਪਿਰਿਟ ਦੀ ਗੱਲ ਕੀਤੀ ਜਾਂਦੀ ਹੈ, ਬੰਦੇ ਦੀ ਰੂਹ ਦੀ ਗੱਲ ਕਹਿ ਲਓ, ਜ਼ਮੀਰ ਦੀ ਗੱਲ ਕਹਿ ਲਓ, ਇਨਰ ਇੰਸਟਿੰਕਟ ਦੀ ਗੱਲ ਕਹਿ ਲਓ, ਇਹ ਸਾਰੀ ਆਤਮਾ ਆ, ਇਹ ਅਧਿਆਤਮੀ ਗੱਲ ਹੈ, ਇਹ ਸਾਰੇ ਦੀ ਸਾਰੀ ਬੰਦੇ ਦੀ ਸੋਲ ਦੀ ਗੱਲ ਹੋ ਰਹੀ ਹੈ। ਸੋ ਗੁਰੂ ਬਾਬਾ ਜੀ ਇਸ ਨੂੰ ਸੰਤਾਪ ਦੇ ਰੂਪ ਵਿੱਚ ਅਹਿਸਾਸ ਕਰਦੇ, ਹਾਲਾਂਕਿ ਇਹ ਵਰਡ ਇੰਟਰਚੇਂਜੇਬਲ ਵੇ ਦੇ ਨਾਲ ਵੀ ਯੂਜ਼ ਕੀਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਰ ਹਾਂ, ਸਪੈਸੀਫਿਕਲੀ ਜਦੋਂ ਅਸੀਂ ਬਾਤ ਕਰਾਂਗੇ ਤਾਂ ਫਿਰ ਇਸ ਰੂਪ ਵਿੱਚ ਇਹਨੂੰ ਅੰਡਰਸਟੈਂਡ ਕਰਨ ਦੀ ਟਰਾਈ ਕਰਾਂਗੇ, ਐਜ਼ ਆਈ ਗੈਟ ਇਨਫੋਰਮੇਸ਼ਨ ਫਰੋਮ ਡਿਫਰੈਂਟ ਰਿਸੋਰਸਿਸ, ਫਰੋਮ ਡਿਫਰੈਂਟ ਐਕਚੁਅਲੀ ਕਾਇੰਡ ਆਫ ਯੂ ਕੈਨ ਸੇ ਡਿਕਸ਼ਨਰੀਜ਼ ਐਂਡ ਐਨਸਾਈਕਲੋਪੀਡੀਆਜ਼ ਐਂਡ ਲਿਟਰੇਚਰ ਇਨ ਏ ਵੇ। ਹੁਣ ਇਹਨਾਂ ਸ਼ਬਦਾਂ 'ਚ ਮਹਾਰਾਜ ਇਹ ਬਿਆਨ ਕਰਦੇ ਕਿ ਜੋ ਗੁਰੂ ਅਤੇ ਗੁਰੂ ਦਰਸਾਰੀ ਸਿੱਖਿਆ ਆ ਉਹ ਤੁਹਾਡੇ ਹਰ ਇੱਕ ਨੀਡ ਨੂੰ ਐਡਰੈਸ ਕਰਦੀ ਹੈ। ਹੁਣ ਹਰ ਇੱਕ ਨੀਡ ਨੂੰ ਐਡਰੈਸ ਕਰਨਾ, ਜਿਵੇਂ ਬਚਨ ਆ ਰਿਹਾ ਹੈ ਮਹਾਰਾਜ ਬਿਆਨ ਕਰਦੇ, ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਜ਼ਿੰਦਗੀ ਦੇ ਤਾਪ ਲੈ ਗਏ, ਸੰਤਾਪ ਲੈ ਗਏ ਤੇ ਰੋਗ, ਜਿਹੜੇ ਉਹ ਰੋਗ ਸਾਨੂੰ ਲੱਗੇ ਨੇ। ਹੁਣ ਇਸ ਰੂਪ ਵਿੱਚ ਕਹਿ ਲਓ ਕਿ ਕੋਈ ਵੀ ਸਿੰਪਲ ਬਾਤ ਕੀਤੀ ਜਾਏ, ਇਹ ਸਰੀਰ ਹੈ ਪੰਜਾਂ ਤੱਤਾਂ ਤੋਂ ਬਣਿਆ, ਤੱਤਾਂ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਆ, ਅਸੀਂ ਕੁਝ ਖਾਸ ਕਿਸਮ ਦੀ ਖੁਰਾਕ ਖਾਂਦੇ ਹਾਂ, ਪੀਂਦੇ ਹਾਂ, ਉਸਨੂੰ ਆਪਣੇ ਸਰੀਰ 'ਤੇ ਲਾਉਂਦੇ ਹਾਂ, ਫਿਰ ਖਾਸ ਇਨਵਾਇਰਮੈਂਟ ਵਿੱਚ ਅਸੀਂ ਰਹਿੰਦੇ ਹਾਂ, ਉਹ ਸਾਰੇ ਦੇ ਨਾਲ ਹੀ ਇਹ ਸਰੀਰ ਬਣਦਾ ਪਣਪਦਾ ਸਭ ਚੀਜ਼ਾਂ ਹੁੰਦੀਆਂ। ਉਹਦੇ ਵਿੱਚ ਕੁਛ ਚੀਜ਼ਾਂ ਦੀ ਸਾਨੂੰ ਆਦਤ ਬਣ ਜਾਂਦੀ ਸਮਾਂ ਪਾ ਕੇ, ਕੁਛ ਚੀਜ਼ਾਂ ਸਾਨੂੰ ਮਜਬੂਰੀ ਬਸ ਖਾਣੀਆਂ ਪੈਣੀਆਂ ਜਾਂ ਰਹਿਣਾ ਸਹਿਣਾ ਪੈਂਦਾ। ਪਰ ਇਹ ਸਭ ਨੂੰ ਗਾਈਡ ਕਰਨ ਵਾਲਾ ਜਾਂ ਇਸ ਨੂੰ ਲਗਾਤਾਰ ਇੱਕ ਰੂਪ ਵਿੱਚ ਲਾਉਣ ਵਾਲਾ ਜਾਂ ਬਦਲਾਅ ਵਿੱਚ ਲਿਆਉਣ ਵਾਲਾ ਮਨ ਹੈ। ਸੋ ਮਨ ਦੀ ਦੁਨੀਆ ਨੂੰ ਜਿਹੜਾ ਹੈਗਾ ਐਡਰੈਸ ਕੀਤਾ ਜਾਏ, ਅਤੇ ਮਨ ਦੇ ਪਿੱਛੇ ਸਾਡਾ ਇੱਕ ਇਨਰ ਇੰਸਟਿੰਕਟ, ਅੰਦਰਲੀ ਆਵਾਜ਼ ਜਿਹਨੂੰ ਜ਼ਮੀਰ ਕਹਿ ਲਓ, ਜਿਹਨੂੰ ਤੁਸੀਂ ਸਪਿਰਿਟ ਕਹੋ ਸਿੰਪਲ ਲੈਵਲ 'ਤੇ। ਸੋ ਗੁਰੂ ਮਹਾਰਾਜ ਕਹਿੰਦੇ ਕਿ ਆਪਾਂ ਤਿੰਨਾਂ ਹੀ ਜਗ੍ਹਾ 'ਤੇ ਕੰਮ ਕਰਨਾ ਹੈ, ਪਰ ਤਿੰਨਾਂ ਜਗ੍ਹਾ 'ਤੇ ਕੰਮ ਕਰਦਿਆਂ ਹੋਇਆਂ
ਆਪਾਂ ਨੂੰ ਜਿਹੜਾ ਐਮਫਸਾਈਜ਼ ਕਰਨਾ ਪਏਗਾ ਉਹ ਹੈ ਸਾਡੀ ਜਿਹੜੀ ਸੰਤਾਪ ਬਿਰਤੀ ਹੈ, ਆਤਮਿਕ ਤੌਰ 'ਤੇ ਬੰਦੇ ਨੂੰ ਤਗੜਿਆਂ ਕੀਤਾ ਜਾਏ, ਇਨਰ ਇੰਸਟਿੰਕਟ ਜਿਹੜਾ ਸਾਡਾ ਆ ਉਹ ਬੜਾ ਵਾਜਬ ਅਤੇ ਮਜ਼ਬੂਤ ਹੋਏ, ਅਤੇ ਆਲਰੇਡੀ ਹੁੰਦਾ ਆ, ਅਸੀਂ ਉਹਨੂੰ ਸੁਣਦੇ ਨਹੀਂ, ਸਾਡੇ ਅੰਦਰ ਦੇ ਹੋਰ ਰੌਲੇ ਬਥੇਰੇ ਹੈਗੇ ਨੇ। ਮਨ ਹੀ ਆਪਣੀ ਇੰਨੀ ਕੁ ਮਿਜ਼ਰੀ ਕ੍ਰੀਏਟ ਕਰਕੇ ਰੱਖਦਾ, ਉਹ ਕੁਝ ਸੁਣਨ ਨਹੀਂ ਦਿੰਦਾ। ਸੋਰੀ ਟੂ ਸੇ, ਆਪਾਂ ਗੁਰਦੁਆਰਾ ਸਾਹਿਬ ਆ ਜਾਈਏ, ਈਵਨ ਆਈ ਐਮ ਸਿਟਿੰਗ ਔਨ ਸਟੇਜ, ਆਈ ਐਮ ਐਡਰੈਸਿੰਗ ਮਾਈ ਸੰਗਤ ਐਂਡ ਟਰਾਇੰਗ ਟੂ ਅਲੈਬੋਰੇਟ ਦਿਸ ਸ਼ਬਦ, ਬਟ ਮੀਨ ਵਾਈਲ ਜੇ ਮੇਰਾ ਮਨ ਕਿਸੇ ਕਿਸਮ ਦੇ ਆਪਣੇ ਹੀ ਥੋਟਸ ਵਿੱਚ ਹੋਏਗਾ, ਤੁਹਾਡੀ ਆਪਣੀ ਮਿਜ਼ਰੀ ਨਹੀਂ ਮੁੱਕਣੀ। ਉਹ ਜਿਹੜੀ ਚੀਜ਼ ਇਕੱਲੀ ਹੈ, ਆਪ ਗੁਰਦੁਆਰਾ ਸਾਹਿਬ ਬੈਠੇ ਹੋ ਅਤੇ ਜੇ ਮਨ ਨੇ ਆਪਣੀ ਮਿਜ਼ਰੀ 'ਚ ਜੀਣਾ ਸ਼ੁਰੂ ਕਰ ਦਿੱਤਾ, ਉਹ ਆਪ ਹੀ ਇਸ ਕਿਸਮ ਦੇ ਨਾਲ ਆਪਣੀ ਮੈਡਨੈਸ ਕ੍ਰੀਏਟ ਕਰਕੇ ਬੈਠਾ ਆ। ਕੋਈ ਉਸਦੀ ਕੋਈ ਕਿਸੇ ਦੀ ਕੋਈ ਕਿਸੇ ਕਿਸਮ ਦੇ ਨਾਲ, ਕੋਈ ਕਿਸੇ ਐਂਗਰ ਹੈ, ਕੋਈ ਕੋਈ ਕਿਸੇ ਲੈਵਲ 'ਤੇ ਕੋਈ ਮਤਲਬ ਅੰਬੈਰਸਮੈਂਟ ਹੈ ਪਾਸਟ ਵਿੱਚ ਹੋਈ, ਕੋਈ ਕੋਈ ਚੀਜ਼ ਵੀ ਹੋ ਸਕਦੀ ਹੈ, ਉਹ ਆਈ ਜਾਂਦੀ ਹੈ ਵਾਰ ਵਾਰ, ਉਹਦਾ ਹੀ ਸਿਮਰਨ ਚੱਲੀ ਜਾਂਦਾ। ਉਹਨੂੰ ਕਾਊਂਟਰ ਕਰਨ ਵਾਸਤੇ ਕੋਈ ਇੱਕ ਖਾਸ ਕਿਸਮ ਦੀ ਇੱਛਾ ਸੀਗੀ, ਫੁਲਫਿਲ ਨਹੀਂ ਹੋਈ, ਉਸ ਹਸਰਤ ਨੂੰ ਹੀ ਦੁਹਰਾਈ ਜਾ ਰਿਹਾ ਆ। ਸੋ ਇਹ ਸਾਰੇ ਦੇ ਚੱਲ ਰਿਹਾ ਆ, ਅਤੇ ਉਹ ਤਾਂ ਮਤਲਬ ਜੋ ਚੀਜ਼ ਹੋ ਰਹੀ ਉਹਦੇ ਵਿੱਚ ਹੀ ਉਹਦਾ ਕੋਈ ਯੋਗਦਾਨ ਨਹੀਂ ਗਾ, ਕੋਈ ਉਸ ਦੇ ਵਿੱਚੋਂ ਫਾਇਦਾ ਨਹੀਂ ਚੱਕ ਰਿਹਾ। ਸੋ ਉਸ ਲੈਵਲ 'ਤੇ ਵੀ ਬੰਦੇ ਨੂੰ ਕੰਮ ਕਰਨ ਦੀ ਲੋੜ ਹੈ, ਬੜੇ ਵੱਡੇ ਲੈਵਲ 'ਤੇ। ਫਿਰ ਸਪਿਰਿਚੁਅਲ ਸਾਈਡ 'ਤੇ ਨੋ ਡਾਊਟ ਰਿਸੋਰਸ ਵੀ ਹੋਣ, ਰਿਸੋਰਸਿਸ ਦੇ ਨਾਲ ਨਾਲ ਵਾਜਿਬ ਇਨਵਾਇਰਮੈਂਟ ਵੀ ਹੋਏ, ਮਾਹੌਲ ਵੀ ਹੋਏ, ਜਿਹਦੀ ਇਹਨਾਂ ਸ਼ਬਦਾਂ 'ਚ ਬਾਤ ਹੋ ਰਹੀ ਹੈ। ਮਹਾਰਾਜ ਬਿਆਨ ਕਰਦੇ ਕਿ ਸਭ ਦੇ ਨਾਲ ਬੰਦਾ ਅਰੋਗ ਹੋ ਸਕਦਾ ਆ, ਸਰੀਰਕ ਤਲ 'ਤੇ ਵੀ ਉਹ ਜ਼ਿੰਦਗੀ ਦੇ ਸਮੇਂ ਨੂੰ, ਜਿਹੜਾ ਲਾਈਫ ਸਪੈਨ ਸੀ ਕਹਿੰਦੇ ਹਾਂ, ਇਹਨੂੰ ਮਾਣ ਸਕਦਾ, ਇਹਨੂੰ ਇੰਜੋਏ ਕਰ ਸਕਦਾ। ਇੱਥੇ ਗੁਰੂ ਬਾਬਾ ਜੀ ਕਹਿੰਦੇ, ਜਿਹੜਾ ਪਹਿਲੀ ਲਾਈਨ 'ਤੇ ਆਪਾਂ ਪੜ੍ਹ ਰਹੇ ਸੀ ਨਾ, ਕਿ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਪਾਰ ਬ੍ਰਹਮ ਤੂੰ ਬਖਸ਼ਿਆ। ਤੂੰ ਦਾ ਮਤਲਬ ਇਸ ਆਮ ਇੰਡੀਵਿਜੁਅਲ ਨੂੰ, ਬਸ਼ਰ ਨੂੰ, ਮਨੁੱਖ ਨੂੰ, ਜਿਹੜਾ ਜੀਵ ਹੈ, ਇਹਨੂੰ ਐਡਰੈਸ ਕੀਤਾ ਗਿਆ ਵੀ ਤੈਨੂੰ ਜੇ ਕਰਤਾਰ ਬਖਸ਼ਣ 'ਤੇ ਆ ਜਾਏ, ਤੇ ਇਹਦੀ ਬਖਸ਼ਿਸ਼ ਹੈ, ਨਵਾਜਿਸ਼ ਆ, ਜੇ ਉਹ ਇਸ ਰੂਪ 'ਚ ਕਰ ਦੇਵੇ ਤੇ, ਪਾਰ ਬ੍ਰਹਮ ਤੂੰ ਬਖਸ਼ਿਆ। ਸੰਤਨ ਰਸ ਭੋਗ, ਸੰਤਨ ਰਸ ਭੋਗ, ਰਾਜਿਆਂ ਦੇ ਰਸ ਭੋਗ ਤਾਂ ਸਾਨੂੰ ਸਾਰਿਆਂ ਨੂੰ ਪਤਾ ਆ, ਇੰਦਰੀਆਂ ਦੇ ਰਸ ਮਾਨਣ ਵਾਸਤੇ ਬੰਦਾ ਹਰ ਵਕਤ ਤਤਪਰ ਆ, ਅਤੇ ਉਸਨੂੰ ਤਤਪਰ ਹੋ ਕੇ ਬੰਦੇ ਨੇ ਰਾਜਸੀ ਠਾਠ ਬਾਠ ਵਾਲਾ ਜੀਵਨ ਜੀਣ ਦੀ ਪੂਰੀ ਇੰਤਜ਼ਾਮੀਅਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜੇ ਸਰਲ ਕਰਕੇ ਦੇਖਿਆ ਜਾਏ ਨਾ, ਤਾਂ ਆਪਾਂ ਇਸ ਤਰ੍ਹਾਂ ਜਾਣੋ ਕਿ ਜਿੰਨੀ ਮੋਸਟਲੀ ਜਿਹਨੂੰ ਸੋਰੀ ਟੂ ਸੇ ਜਿਹਨਾਂ ਨੂੰ ਮੋਸਟਲੀ ਅਸੀਂ ਖਾਸ ਕਰਕੇ ਜਿਹੜੀਆਂ ਨੇ ਰੈਕ੍ਰੀਏਸ਼ਨ ਐਕਟੀਵਿਟੀਜ਼ ਕਹਿੰਦੇ ਹਾਂ, ਲੇਜ਼ਰ ਐਕਟੀਵਿਟੀਜ਼ ਕਹਿੰਦੇ ਹਾਂ, ਲੇਜ਼ਰ ਟਾਈਮ ਕਹਿੰਦੇ ਹਾਂ, ਇਹ ਜ਼ਿਆਦਾ ਰਾਜਿਆਂ ਰਜਵਾੜਿਆਂ ਦਾ ਕੰਮ ਹੁੰਦਾ ਸੀਗਾ, ਕਿਉਂਕਿ ਉਹਨਾਂ ਕੋਲ ਹੋਰ ਤਾਂ ਕੁਛ ਕਰਨ ਲਈ ਹੈ ਨਹੀਂਗਾ, ਉਹਨਾਂ ਕਿਹੜਾ ਕੋਈ ਕੰਮ ਕਾਰ ਕਰਨਾ, ਕੋਈ ਕਿਤੇ ਕੁਛ ਕੰਟਰੀਬਿਊਸ਼ਨ ਦੇਣਾ, ਉਹਨਾਂ 'ਤੇ ਆਪਣਾ ਟਾਈਮ ਹੀ ਕਿਤੇ ਨਾ ਕਿਤੇ ਪਾਸ ਕਰਨਾ, ਸੋ ਟਾਈਮ ਪਾਸ ਕਰਨ ਵਾਸਤੇ ਕੁਛ ਨਾ ਕੁਛ ਚਾਹੀਦਾ। ਆਮ ਜਿਹੜਾ ਬੰਦਾ ਹੈਗਾ, ਮਨੁੱਖ ਆ, ਉਹ ਜਦੋਂ ਦੇਖਦਾ ਵੀ ਵਾਹ ਵੀ ਮੈਂ ਤਾਂ ਸਵੇਰ ਤੋਂ ਸ਼ਾਮ ਤੱਕ ਕੰਮ ਹੀ ਕਰਦਾ, ਇਹ ਤਾਂ ਮੌਜ ਨਾਲ ਆਪਣਾ ਜਿਹੜਾ ਹੈਗਾ ਬੜਾ ਵਧੀਆ ਟਾਈਮ ਬਤੀਤ ਕਰ ਰਿਹਾ ਹੈ, ਫਿਰ ਉਹਦਾ ਆਈਡੀਅਲ ਇਹ ਬਣ ਗਿਆ ਕਿ ਰਾਜਿਆਂ ਵਰਗਾ ਹੀ ਜੀਵਨ ਹੋਣਾ ਚਾਹੀਦਾ, ਬਸ ਲੇਜ਼ਰ ਐਕਟੀਵਿਟੀਜ਼ 'ਤੇ ਇਸ ਤਰੀਕੇ ਦੇ ਨਾਲ ਰਹਿਣਾ ਅਤੇ ਰਿਕ੍ਰੀਏਸ਼ਨ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਨਾ। ਇਸ ਨੂੰ ਆਈਡੀਅਲ ਸਮਝਦਿਆਂ ਹੋਇਆਂ ਹਰ ਬੰਦਾ ਇਹਨੂੰ ਹੀ ਮੰਨਣਾ ਚਾਹੁੰਦਾ, ਹਰ ਬੰਦਾ ਇਹਨੂੰ ਹੀ ਭੋਗਣਾ ਚਾਹੁੰਦਾ। ਹਾਲਾਂਕਿ ਇਸ ਸਾਰੇ ਦੇ ਵਿੱਚੋਂ ਇਹ ਵੀ ਪਤਾ ਹੈ ਵੀ ਰੋਗ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਬਿਮਾਰੀ ਤੋਂ ਬਿਨਾਂ ਕੁਛ ਵੀ ਨਹੀਂ। ਮਨ ਆਲਸੀ ਹੋ ਜਾਏਗਾ, ਉਹਦਾ ਪ੍ਰਭਾਵ ਤਨ 'ਤੇ ਪਏਗਾ, ਆਤਮਿਕ ਤੌਰ 'ਤੇ ਬੰਦਾ ਜੇ ਹੁਣ ਇਸ ਤਰ੍ਹਾਂ ਜਾਣੋ, ਸਮੇਂ ਨਾਲ ਉੱਠਣਾ, ਕੁਛ ਸਮਾਂ ਆਪਣੇ ਆਪ ਨਾਲ ਬਾਤ ਕਰਨੀ, ਉਸ ਸਰਵ ਸ਼ਕਤੀਮਾਨ ਦੇ ਬਾਬਤ ਆਸਥਾ ਰੱਖਣੀ, ਕਿਸੇ ਨਿਰਮਲ ਭੈ ਦੇ 'ਚ ਡਰ ਦੇ ਵਿੱਚ ਜੀਵਨ ਬਤੀਤ ਕਰਨਾ, ਆਲੇ ਦੁਆਲੇ ਨੂੰ ਰੱਬ ਦੇ ਨੂਰ ਦੇ ਰੂਪ ਵਿੱਚ ਮਾਣ ਸਕਣਾ, ਸ਼ਾਮ ਸਾਰਾ ਦਿਨ ਐਵੇਂ ਗੁਜ਼ਰਨਾ ਜੋ ਆਪਣੇ ਸ਼ਾਮ ਪਈ ਹੈ, ਸ਼ਾਮ ਨੂੰ ਆਪਣੇ ਆਪ ਨੂੰ ਫਿਰ ਸਮੇਟਣਾ ਅਤੇ ਅਹਿਸਾਸਣਾ ਕਿ ਭਾਈ ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਇਹ ਸਾਰਾ ਕੁਛ ਇਨਸਾਨ ਨੂੰ ਇਨਸਾਨ ਬਣਨ 'ਚ ਮਦਦ ਕਰਦਾ।
ਤੇ ਜਿੱਥੇ ਸਾਰੇ ਬਾਬਤ ਕੁਝ ਸੋਚ ਹੀ ਨਾ ਹੋਏ ਤੇ ਅਲਟੀਮੇਟਲੀ ਕੀ ਹੋਏਗਾ, ਬੰਦਾ ਹੈਵਾਨ ਬਣ ਜਾਏਗਾ, ਬੰਦਾ ਇੱਕ ਐਸਾ ਜੀਵਨ ਜੀਏਗਾ ਜਿਹੜਾ ਮਨੁੱਖ ਨੂੰ ਸੋਭਦਾ ਨਹੀਂ, ਗੈਰ ਕੁਦਰਤੀ, ਜਿਹਨੂੰ ਬਨਾਵਟੀ ਜੀਵਨ ਕਹਿ ਲਈਏ ਅਸੀਂ ਅੱਜ ਦੀ ਮੋਸਟਲੀ ਦੁਨੀਆ, ਪੁਰਾਣੇ ਸਮੇਂ ਵੀ ਰਹੀ ਦੁਨੀਆ ਇਹੋ ਜਿਹੀ, ਅਸੀਂ ਨਹੀਂ ਕਿ ਮਤਲਬ ਲੋਕਾਂ ਦੇ ਅੰਦਰ ਇਹੋ ਜਿਹੀ ਚੀਜ਼ ਅਪੀਲ ਕਰਦੀ ਰਹੀ ਕਿ ਬਸ ਰਾਜਿਆਂ ਵਰਗੇ ਰਸ ਭੋਗ ਹੋਣਾ ਚਾਹੀਦਾ। ਗੁਰੂ ਮਹਾਰਾਜ ਇਹ ਸ਼ਬਦ 'ਚ ਬਿਆਨ ਕਰਦੇ ਨਾ, ਅਸਲ ਆਈਡੀਅਲ ਇੱਥੇ ਹੈ ਸੰਤਨ ਰਸ ਭੋਗ, ਉਸ ਰਸ ਭੋਗ ਨੂੰ ਮਾਣੋ ਜਿਹਨੂੰ ਸੰਤ ਮਾਣਦੇ ਨੇ। ਹੁਣ ਸੰਤਨ ਰਸ ਭੋਗ ਕੀ ਹੈ? ਮੈਂ ਥੋੜ੍ਹਾ ਲਿਟਰੇਚਰ 'ਚ ਇੱਕ ਚੀਜ਼ ਜੇ ਲੈ ਕੇ ਆਵਾਂ ਤਾਂ ਕਹਿੰਦੇ ਨੇ ਕਿ ਪਰਥਰੀ ਜਦੋਂ ਜੋਗੀ ਬਣਿਆ ਅਤੇ ਅਲਟੀਮੇਟਲੀ ਉਹ ਘਰ ਤਿਆਗਣ ਲਈ ਤਿਆਰ ਹੋ ਗਿਆ ਅਤੇ ਤਿਆਗ ਦਿੱਤਾ ਉਸਨੇ, ਜਦੋਂ ਚੱਲਿਆ ਤਾਂ ਕਹਿੰਦੇ ਨੇ ਕਿਤੇ ਮਾਂ ਨਾਲ ਵਾਬਸਤਗੀ ਹੋਈ ਜਦੋਂ ਉਹਨੇ ਅਹਿਦ ਲੈ ਲਿਆ ਚਲਾ ਗਿਆ ਛੱਡ ਕੇ, ਜਦੋਂ ਕਿਤੇ ਮਾਂ ਨੂੰ ਮਿਲਣ ਆਇਆ ਹੋਏਗਾ। ਅਤੇ ਮਾਂ ਨੇ ਉਹਨੂੰ ਕਿਹਾ ਕਿ ਬੇਟਾ ਮੇਰੀਆਂ ਕੁਛ ਚੀਜ਼ਾਂ ਯਾਦ ਰੱਖੀ। ਉਹ ਕਹਿੰਦੇ ਦੱਸੋ, ਕਹਿੰਦੀ ਵੀ ਗੱਲ ਇਹ ਹੈ ਵੀ ਤੂੰ ਜਦੋਂ ਹੁਣ ਭੋਜਨ ਕਰਨਾ ਆ ਤਾਂ ਉਦੋਂ ਹੀ ਕਰਨਾ ਜੋ ਤੈਨੂੰ 36 ਪ੍ਰਕਾਰ ਦੇ ਭੋਜਨ ਮਿਲਣ, ਉਸ ਤੋਂ ਬਿਨਾਂ ਭੋਜਨ ਨਹੀਂ ਕਰਨਾ। ਨਾਲ ਹੀ ਜਦੋਂ ਤੂੰ ਆਰਾਮ ਕਰਨਾ ਆ ਤਾਂ ਮਖਮਲੀ ਬਿਸਤਰੇ 'ਤੇ ਆਰਾਮ ਕਰਨਾ, ਹੋਰ ਕਿਤੇ ਨਹੀਂ ਕਰਨਾ। ਜਦੋਂ ਤੂੰ ਨੀਂਦ ਮਾਣਨੀ ਹੈ ਅਤੇ ਉਦੋਂ ਵੀ ਉਮਦਾ ਤੋਂ ਉਮਦਾ ਹਰਮ ਬਿਲਕੁਲ ਉੱਥੇ ਜਾ ਕੇ ਤੂੰ ਨੀਂਦ ਮਾਣਨੀ ਹੈ। ਉਹ ਕਹਿੰਦਾ ਮਾਂ ਤੂੰ ਲੱਗਦਾ ਮੇਰੀ ਗੱਲ ਨਹੀਂ ਸਮਝੀ ਜਾਂ ਮੈਂ ਤੈਨੂੰ ਸਮਝਾ ਨਹੀਂ ਸਕਿਆ। ਮੈਂ ਕੋਈ ਰਾਜਸੀ ਜੀਵਨ ਨਹੀਂ ਜੀਣ ਵਾਸਤੇ ਜਾ ਰਿਹਾ, ਠਾਠ ਬਾਠ ਵਾਸਤੇ ਨਹੀਂ ਜਾ ਰਿਹਾ। ਮੈਂ ਤਾਂ ਸਭ ਕਾਸੇ ਨੂੰ ਤਿਆਗ ਕੇ ਰਿਨਾਊਂਸ ਕਰਕੇ ਮੈਂ ਤਾਂ ਯੋਗੀ ਬਣਨ ਜਾ ਰਿਹਾ। ਮਾਂ ਇਹ ਤਾਂ ਸ਼ਾਹੀ ਪਰਿਵਾਰਾਂ 'ਚ ਸ਼ਾਹੀ ਜਗ੍ਹਾ 'ਤੇ ਰਹਿੰਦਿਆਂ ਹੋਇਆਂ ਜੀਵਨ ਮਿਲਦਾ ਆ। ਉਹ ਕਹਿੰਦੀ ਨਾ ਪੁੱਤ ਤੂੰ ਮੇਰੀ ਗੱਲ ਨਹੀਂ ਸਮਝਿਆ। ਉਹ ਕਹਿੰਦਾ ਮਾਂ ਕਿਵੇਂ, ਤੂੰ ਸਿੰਪਲ ਗੱਲ ਕਹੀਏ ਵੀ 36 ਪ੍ਰਕਾਰ ਦੇ ਭੋਜਨ ਨਾ ਮਿਲਣ ਅਤੇ ਪ੍ਰਸ਼ਾਦਾ ਨਾ ਛਕੀ। ਕਹਿਣ ਲੱਗੀ ਹਾਂ। ਕਹਿਣ ਲੱਗੀ ਹੁਣ ਛੱਡ ਕੇ ਸਭ ਕੁਛ ਚੱਲਾ, ਐਸਾ ਨਾ ਹੋਏ ਵੀ ਇੱਥੋਂ ਨਿਕਲਿਆ ਅਤੇ ਭਿੱਖਿਆ ਮੰਗੀ ਅਤੇ ਆਪਣਾ ਪੇਟ ਭਰਿਆ ਅਤੇ ਵਧਾ ਲਿਆ ਆਪਣਾ ਤਨ ਜਿਹੜਾ ਪੇਟ ਰੋਸ ਰੂਪ ਦੇ ਵਿੱਚ। ਗੁਰੂ ਸਾਹਿਬ ਨੇ ਬਿਆਨ ਕੀਤਾ ਕਿ ਤ੍ਰਿਗ ਇਵਿਹਾ ਜੀਵਿਆ ਜਿੱਤ ਖਾਏ ਵਧਾਇਆ ਪੇਟ। ਬੰਦਾ ਇਸੇ ਚੀਜ਼ 'ਤੇ ਬਸ ਲੱਗਾ ਰਹੇ, ਪੂਜਾ ਅਰਚਨਾ ਦਾ ਤਾਨ ਇਕੱਠਾ ਕੀਤਾ ਖਾ ਲਿਆ ਅਤੇ ਬਸ ਮੌਜ ਮਾਣ ਲਈ ਨਾ। ਕਹਿਣ ਲੱਗੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਜੇ ਵਾਕਿਆ 'ਚ ਹੁਣ ਜੇ ਤੁਰਿਆ ਉਸ ਰਾਹ ਦੇ ਉੱਤੇ ਤਾਂ ਹੁਣ ਆਪਣੇ ਆਪ ਨੂੰ ਪੂਰਾ ਡਿਸਿਪਲਿਨ ਦੇ ਵਿੱਚ ਪੂਰਾ ਜ਼ਾਬਤਾਬਾਦ ਸੰਜਮ ਵਿੱਚ ਰੱਖੀ। ਉਦੋਂ ਖਾਈ ਜਦੋਂ ਇੰਨੀ ਕੁ ਭੁੱਖ ਸਤਾਏ ਕਿ ਜੇ ਸੁੱਕਾ ਪ੍ਰਸ਼ਾਦੇ ਦੀ ਬੁਰਕੀ ਵੀ ਮਿਲ ਜਾਏ ਤਾਂ ਲੱਗੇ 36 ਪ੍ਰਕਾਰ ਦਾ ਭੋਜਨ ਮਿਲ ਗਿਆ, ਇੰਨਾ ਟੇਸਟ, ਇੰਨਾ ਟੇਸਟੀ ਲੱਗੇ। ਐਸਾ ਨਾ ਹੋਏ ਕਿ ਬਸ ਸਾਰਾ ਦਿਨ ਆਰਾਮ ਨਾ, ਭ੍ਰਮਣ ਕਰਨਾ, ਆਲੇ ਦੁਆਲੇ ਭਟਕਣਾ, ਇਹ ਸਭ ਇਹ ਸਿੱਖੀ ਦਾ ਆਈਡੀਅਲ ਨਹੀਂ ਗਾ। ਮੈਂ ਤਾਂ ਜਸਟ ਇਗਜ਼ਾਮਪਲ ਦੇ ਰਿਹਾ ਇਹਦੇ 'ਚ, ਯੋਗਿਕ ਬਣ ਕੇ ਇਸ ਰੂਪ ਵਿੱਚ ਤੁਰੇ ਰਹਿਣਾ। ਅਤੇ ਕਿਹਾ ਐਵੇਂ ਨਾ ਹੋਏ ਕਿ ਬਸ ਆਰਾਮ ਨਾਲ ਹੀ ਬੈਠਾ ਰਹੇ ਨਾ, ਜਦੋਂ ਕਿਤੇ ਬਹਿ ਤਾਂ ਐਵੇਂ ਲੱਗੇ ਬਸ ਓਨਾ ਆਰਾਮ ਇਹਨੂੰ ਕਿਸੇ ਨੂੰ ਮਖਮਲੀ ਗੱਦੇ 'ਤੇ ਬਹਿ ਕੇ ਵੀ ਨਾ ਮਿਲੇ ਜਿੰਨਾ ਤੈਨੂੰ ਧਰਤੀ 'ਤੇ ਬੈਠ ਕੇ ਵੀ ਆਰਾਮ ਮਿਲੇ। ਪਿਓ ਹੋ ਸੁੱਖ ਆ ਗਿਆ। ਫਿਰ ਕਿਹਾ ਨੀਂਦ ਐਸਾ ਨਾ ਹੋਏ ਕਿ ਬਸ ਸੁੱਤਾ ਹੀ ਰਹੇ। ਇਹਨੂੰ ਅਸੀਂ ਸ਼ਬਦ ਪੜ੍ਹਦੇ ਨਾ ਵੀ ਅਲਪ ਆਹਾਰ ਸੁਲਭ ਸੀ ਨਿਦਰਾ। ਧਰਮੀ ਜੀਵਨ ਜਿਹੜਾ ਆ ਨਿਰਾ ਖਾਣ ਅਤੇ ਸੌਣ ਦਾ ਜੀਵਨ ਨਹੀਂ ਹੁੰਦਾ, ਇਹ ਤਾਂ ਇੱਕ ਦਿਨ ਮੁੱਕ ਜਾਣੀ ਐਨਰਜੀ ਹੈ। ਵੀ ਹੈਵ ਜਸਟ ਵੈਰੀ ਸਮਾਲ ਯੂ ਕੈਨ ਸੇ ਲਾਈਫ ਸਪੈਨ। ਸੋ ਇਹ ਸਾਰੇ ਨੂੰ ਕਿਸੇ ਚੰਗੇ ਪਾਸੇ ਡਾਈਵਰਟ ਕਰੀਏ। ਕਿਹਾ ਇਸ ਤਰੀਕੇ ਨਾਲ ਸੋਈ ਕਿ ਜਦੋਂ ਬਿਲਕੁਲ ਨੀਂਦ ਭਰਪੂਰ ਹੋਏ, ਬਸ ਅੱਖਾਂ ਹੀ ਬੰਦ ਹੋਣ ਅਤੇ ਨੀਂਦ ਆ ਜਾਏ, ਪਤਾ ਹੀ ਨਾ ਲੱਗੇ। ਇਸ ਕਿਸਮ ਦੇ ਨੀਂਦ ਨੂੰ ਮਾਣੀ ਤੋਂ। ਸੋ ਇਹ ਰੂਪ ਜਿਹੜਾ ਆ ਐਸਾ ਰਸ ਜਿਹੜਾ ਅਧਿਆਤਮੀ ਲੋਕ ਸੁਚੱਜੇ ਢੰਗ ਨਾਲ ਮਾਣ ਸਕਣ। ਇਹ ਤਾਂ ਮੈਂ ਸਿਰਫ ਇੱਕ ਐਗਜ਼ਾਮਪਲ ਕੀਤੀ ਲਿਟਰੇਚਰ ਦੇ ਵਿੱਚੋਂ। ਸੰਤਨ ਰਸ ਭੋਗ, ਔਰ ਉਸ ਰਸ ਭੋਗਣਾ ਜੀਵਨ ਦਾ ਜਿਹੜਾ ਸੰਜਮ ਵਿੱਚ ਆ, ਜਿਹੜਾ ਗੁਣਾਂ ਵਿੱਚ ਆ, ਜਿਹੜਾ ਰੱਬ ਦੀ ਯਾਦ ਵਿੱਚ ਆ, ਜਿਹੜਾ ਰੱਬ ਦੇ ਭੈ ਵਿੱਚ ਆ,
इस नू महाराज कहिंदे ये आइडियल बने। जदों ये आइडियल बनेगा दुख रोग संताप ये तो डेरा चुक जाणगे। अज नॉर्थ अमेरिका दे विच जिहड़ी सब तो वड्डी समस्या हैगी वह हैगी ओबेसिटी, ओवर ईटिंग, जंक फूड ईटिंग, नॉट एक्चुअली हैविंग प्रॉपर मील्स, प्रॉपर टाइम टू ईट, प्रॉपर काइंड ऑफ यू कैन से डाइट। बीमारी तो बिना होर की है। बीमार लोग जिहड़े ने वो की करनगे, मतलब एक अनहैल्दी कम्यूनिटी, एक अनहैल्दी सोसाइटी की हैल्दी चीज़ां प्रोड्यूस कर पाएगी धरती ते। फिर कला यह नहीं गा मन मंडल दे इसते बीमार किन्ने आ, मैंटल हैल्थ की लिटरली तौर पर गल होंदी इत्थे, इतनी जोरावर गल होंदी। आ साडा लास्ट इलैक्शन होया इत्थे कैनेडा दे विच, मतलब तिन्ने मेजर पार्टीज दे वर फोकस, दे ऑल एक्चुअली एम्फसाइजिंग एंड फोकसिंग टूवर्ड द मैंटल हैल्थ, मैंटल हैल्थ, मैंटल हैल्थ। हुण ते नवा डाटा तो शायद जे मैं आया नहीं पाया या मेरे ध्यान च नहीं आया कि मैं देखिया नहीं गा, अदरवाइज जिहड़ा पिछे डाटा से साडे कोल उह ते बयान कर रहा सीगा कि अराउंड 20% पॉपुलेशन, कैनेडियन पॉपुलेशन इज डीलिंग विद मैंटल हैल्थ इशूज। इहदा मतलब बनता है कि एवरी फिफ्थ कैनेडियन इज स्ट्रगलिंग इन दिस एरिया ऑफ हैल्थ। तो यह मतलब होर जो बरीक नाल लै लईए तो ऑलमोस्ट एवरी हाउस होल्ड ऑलमोस्ट हैविंग एटलीस्ट वन परसन विच इज हु इज एक्चुअली डीलिंग विद मैंटल हैल्थ। सो समाज बीमार किवें होएगा। तो आत्मक तौर पर गल करिए अध्यात्मी तल के उत्ते तो बंदा स्पिरिचुअल साइड तो कितना अंगेज आहसास किया जा सकता है। बंदे के सुचे ख्याल रब द भाव होए, उदियां अरदासां होण ते ओ मतलब अपने लिए, अपने परिवार लिए, नगर खेड़े लिए सुख शांति का सबब बने। उस रूप दे गुरु बाबा जी बयान करदे ए रस भोग, इहदे विच इहनू आनंद मानना, इहदा इहो जिहा जीवन जी सकना जिहदे च खाण पान रहन सहन सब एक संजम विचों बतीत होए। इहदी शुरुआत तिन्ना ही लैवल ते होएगी, किसी एक लैवल ते नहीं। हाँ पर फोकस जिहड़ा है उस स्पिरिट ते होएगा, ये बाणी कहिंदी। जे किते एको चीज़ होंदी फिर तो योगी कर ही रहे सीगे। बाबा जी ने कहा नहीं नहीं, ये एक जीवन का लहजा आ जिन्हों क्या साढ़े घर है, नाम सिमरन करो, बाणी पढ़ो, ये चीज़ आ। पर इहदे नाल सेवा का संकल्प भी है, लंगर लगाने, मानव कल्याण हित वक्रे वक्रे होर कार्यशीलता विच योगदान पाउणा। तो सब कुछ कौन करेगा जिदा अंदरों भरिया, जिवें आपां दुपहरे सवेरे गल कर रहे सी कि कंटेंटमेंट होएगी, संतोख होएगा। उहदे लई बंदे नूं अपने आप नूं एजुकेट करना पएगा। तो वह एजुकेशन कित्थे चंगी लगती, हुण बाणी पढ़ के कोई इंजीनियर थोड़ा बन जाएगा ना। बाणी इज नॉट फॉर एक्चुअली मेकिंग सम सॉर्ट ऑफ डॉक्टर और इंजीनियर, इट्स गोना नॉट गोना यू कैन से फुलफिल योर अर्निंग्स नो। बाणी ते थोड़े अंदर की दुनिया से तुम्हें एजुकेट करेगी, ख्याल किवें लड़ना, आ रहे अंदर वकार द्वैख उन्होंने किवें रोकना है, ये चल की रहा मेरे अंदर, हू एम आई, मैं कौन है, तो मैं बनता की जा रहा। यह सारी स्पिरिट के लैवल से इतने फिर यह संताप उतरे बंदे का, यह बंदे सराप लैन अंदरों, ता जाके मन की मिजरी घटे कुछ। जो मन की मिजरी घटे, मन इच्छा शक्ति पैदा करे, ओके चंगे काम करने, चंगी खुराक खानी, सेहत याब होना, एफर्ट पाउनी, ये सारे दे उत्ते इस ये गुरु साहब कहिंदे तेनू करतार ने चीज़ बख्श दित्ती, समझ तू तेरा कल्याण हो गया। ये लाइना ने इहदे च सब बयान कर दे कि ताप संताप सगले गए बिनसे ते रोग, पार ब्रह्म तू बख्शिया संतन रस भोग। तू इस संत सना दे असल रस भोग नू मानन दे वास्ते तैयार हो गया, नहीं तो भोगंग ता रोगंग, जिन्ने भोग भोगे, जिन्हों महाराज ने बाणी च कहा मिठा करके खाया कौड़ा उपजा साध। बंदा किसी चीज़ नू मिठी मिठी समझ के खाई जाता, अल्टीमेटली जदों स्वाद पैदा होंदा तो कहिंदा ओहो हो ना कौड़ा ना मिठा, सोजे भावंदा सज्जन सोजे रास। खाधी ओह चीज़ मिठी है जिदी जिदा एंड रिजल्ट भी मिठा होए, जिहड़ी चीज़ रास बने, जिहड़ी चीज़ सेहत याबता दे। अदरवाइज ये रस भोग जिहड़े संसारी रस भोग ने,
हुण आप देखो हुण ते स्टडीज़ भी आ गई इहदे ते बहुत सारियां स्क्रीनस देखणियां बंदे नूं चंगियां लगदियां स्क्रीन वाच करके बंदे नूं लगदा खुशी मिलदी एंटरटेनमेंट हुंदी हुण पता लग रिहा इहदे नाल बंदे दे अंदर गिल्टी आउंदी जिहड़ा अंदर बहुत डीप थॉट आ जिहड़ा हर चीज़ नूं बड़े सोहणे तरीके नाल कैलकुलेट कर सकदा आ जे शब्द पढ़ते ना बाबा कबीर जी आपने कभी पढ़िया होगा देही गावा जियो धर महतो बसाए पंच किरसाना नैनू नकटू सरणू रसपत इंद्री कहा न माना बाबा अब ना बसोए गांव। बाबा कबीर जी अपने आप नाल गल करदे ते कहिंदे रब्बा तेरे अरदास आ कह जा पिंड वसाता तू सही काम जिहड़ा करना सोभद ही नहीं इहनू लगे चंगा ही नहीं लगता इसनू ये आखे नहीं लगता अखा नहीं आखे लगदियां कन्न नहीं आखे लगते नक नहीं आखे लगता कीता की जाए देही गावा जियो धर महतो महतो अक्सर बात होंगी मैं कई बार बच्चे बच्चों ने कई बार पूछा मैं लिटरली तौर पर भाई साहब वैन वी रीड हिस्टरी और लिसन हिस्टरी वी लिसन दीज वर्ड्स दैट गुरु नानक साहब फादरस नेम वाज मेहता कालू जी और मेहता कल्याण दास जी ओके बट एट द सेम टाइम पीपल आर सेइंग even though Sikhi totally actually help us to come out of any sort of caste or any sort of classism, but when we read from historical side and people mentions that Baba Nanak's family's last name was Bedi, we are reading two specific words here. One is Mehta, second is Bedi. What is right? Are there two last names of Baba Nanak's family? No. Last name was only Bedi. If you go to then that sort of actually Udich. Haan, Baba Ji ne sanu jat paat chu bahar kadta, par je chokad vich aa jaiye te. But what was Mehta? Mehta lafz hai Mehto. Mehto, asal roop de vich, jede log, patwar khane de naal, jeda revenue department de, khas karke ho revenue department, जिन्हों तुसी कह लो कि जिहड़ी खास करके हुंदी हुंदी हैगी ये दीवानी दी चीज़ां जमीन जायदाद नाल रियल स्टेट नाल रिलेटेड फार्मिंग साइड तो जिहड़े लोग कैलकुलेशन कर सकदे चंगी तरह खसरे पढ़ सकदे जिन्हां नूं इस सारे बारे बड़ा डीप लैवल ते नॉलेज हुंदी उहनां लोकां नूं उत्थे कहा जांदा सी मैतो ये लोग मैतो ने इन्हां लोकां नूं इह बड़ी ते इह मोस्टली ट्रेडिशनल वे दे नाल परिवारां दे विच इक फैमिली हैरिटरी एजुकेशन हुंदी सी बाप या बाप अगों बेटे नूं पटवारी बणाउंदा सी बेटा अगे अपने बेटे नूं बणाउंदा सीगा ते उह पटवारखाने दी सारी जिहड़ी उह मैतो उह कहिंदे सी मैतो होते हैं इस रूप विच ते मैतो दा मतलब है हिसाब किताब जानण वाला हिसाबी किताबी बाबा कबीर जी कहिंदे देही गावां जियो दर मैतो जदों मेरी जिंद मेरी कॉन्शियस मैतो बनी हिसाबी किताबी बनी उसने हिसाब किताब लाया प्रॉपरली ओ हो पता लगा बड़ा नुकसान हो रहा भाई बाबा अब ना बसोए गाँव बाबा वो अकाल पुरख वाहेगुरु होने पिंड ना बसे ये पिंड ते नुकसान का सबब बन गया असल में गिल्ट। अज की स्टडी कहीं दी बंदा लगातार स्क्रीन वॉच करता लगातार अपना टाइम एहो जगह से स्पेंड करता मुड़के गिल्टी फील करता ओहो आई हैव स्पेंड सो मच टाइम पर फिर आता ना पक्ष तो एडिक्शन हो जाती रुकता ना चली जाता ये जड़िया चीज़ा ने सही रूप में कहा जाए तो बंदे दे जड़ा जीवन है जो समा खा जाती सारा का सारा ये रस भोग नहीं गए ये जिंदगी बर्बाद करने वाली तो लिखे ना लगन वाली गल आ महाराज बयान करते संतन रस भोग जीवन इस तरीके लिखे ला कि मीनिंगफुल हो सके हुण जिहड़ी करतार ने मैनूं बख्शी है उहदे नाल इह चीज़ आ गई पार ब्रह्म तू बख्शिया संतन रस भोग रहाओ सर्ब सुखां तेरी मंडली तेरा मन तन आरोग सर्ब सुखां तेरी मंडली मंडली वैसे तो असीं जिहड़ी साडी कॉन्ग्रीगेशन हुंदी है जिहड़ा साडा कंपनी हुंदी उहनूं असीं मंडली कह दिंदे आ पर बाहर दी मंडली जिहड़ी है उहदे तों पहलां साडी अपनी मंडली है साडे अपने ज्ञान इंद्रे कर्म इंद्रे सारे इह साडा साडा अपना ये मनमंडल ये च ही वसदा है सारे का सारा सो ये जिहड़ी चीज़ आ क्या कि जदों सर्ब सुखां तेरी मंडली तेरी इस मंडली च सर्ब सुख आ गए
अखा नूं जो पढ़ना वेखना चाहीदा है वह वेखण ते पढ़न लग गई, कन्नां नूं जो सुनना चाहीदा सुनन लग गए, मूँह नूं जो बोलना चाहीदा बोलन लग गया, हत्थां नूं जिहो जे काम करने चाहीदे करन लग गए, पैरां नूं जिधर तुर के जाना चाहीदा जाण लग गए, स्पर्श नूं जिस रूप विच संजम चाहीदा संजम आ गया, सब चीज़ां इस तरीके नाल आ गईआं। क्या सर्व सुखां तेरी मंडली तेरा मन तन आरोग, इहदे सदका मन ते तन विच आरोग एक रोग रहित हालत बननी शुरू हो गई। इस रूप विच भी जाणीए कुदरत आ, कुदरत ने जिस चीज़ नूं उपजाया है उस चीज़ नूं अपने विच समा भी लएगी, इह मदर नेचर दा ला है। कुछ सरकमसांस विच चीज़ां इवॉल्व होंदियां ने, कुछ सरकमसांस विच चीज़ां जिहड़ियां ने दुबारा डिसमेंटल हो जांदियां ने, ये मदर नेचर दे ला दा कॉन्सैप्ट है। लाइफ आई है अल्टीमेटली विदा भी होएगी। मैं तो कई बार बयान करदा कि आप किसी के मरने पर जाने, किसी के फ्यूनल पर जाने तो चेते रखिए एक दिन साढ़े फ्यूनल पर भी आएगा, एवं लोग आने के सारे, दैट इज़ रियलिटी। ये कोई मतलब बंदे को शक वाली गुंजाइश होनी नहीं चाहिए, अल्टीमेट रियलिटी तो ही हैगी है। पर बाबा जी इत्थे बात करते कि जेडे मन तन आरोग, ज़्यादातर लोग एक्सीडेंटल वे दे नाल अज दुनिया वध गई, लाइफ बड़ी तेज़ हो गई, धात दे नाल जिहड़ी धातां ने जिहड़ा खास करके मैटल आ या साडी अपनी जिंदगी जीण दा तरीका जिहड़ा लाइफ स्टाइल आ उह बड़ा डिफरेंट हो गया, एक्सीडेंट्स ज़्यादा होण लग गए। अदरवाइज जे ट्रडिशनल वे नाल वेखिए तो ज़्यादातर जिहड़ियां मौतां सीगियां एक्सीडेंट नाल नहीं सन होंदियां, रोगां नाल होंदियां सीगियां। तो रोग भी कोई ये नहीं क्या कि इंडिविजुअल से रोग लगने होंदे सीगे, मैसिव लैवल ते बीमारियां भी फैलदियां सीगियां। या करोना तो हुण आया ना 100 साल बाद, स्पैनिश फ्लू तो बाद लोगों ने देखिया, हालांकि छोटे मोटिया जिहड़ियां पेंडेमिक्स ने दुनिया भर के फैलदियां भी रही, जिवें सारस सीगी, बर्ड फ्लू सीगा। या इस तो थोड़ा पिछे चले जाइए तो आप जिन्हों जगह जगह पर छोटिया छोटिया पॉकेट्स के फैलदिया हुई योजना मैसिव लैवल पर जिमें प्लेग आ ये मिल जाएगी। सो चीज़ा रही कि कुदरत का अपने आप को समेटन का रूप वटाण का तरीका भी हैगा है कि एक चीज़ होंद चाई उन्होंने कोई रीज़न बनया तो अनहोंद हो गई, पावो दी चली गई। जो साहब इतने बयान करते इकला उस रूप के नहीं भी जेडे कोई रीज़न बने साढ़े विले होने तत्तों के ना, इत जो महाराज ने बयान किया कि तेरा मन तन आरोग, वो रोग जिहड़े मन दे विच्चों जिदे रूट्स पैदा होंदे ते अल्टीमेटली तन उन्हां नूं हटाउंदा। जिवें अजकल असीं बहुत सारियां बीमारियां देखते हैं जिन्हां दे विच तुसीं कोई भी लै लो, ईवन ब्लड प्रैशर तो शुरू कर लो, मेटाबोलिज्म रिलेटड सारियां प्रॉब्लम्स लगा लो, तुसीं तन दे लैवल ते नींद दा ना आउणा, जिंदगी दे विच होर बहुत सारे माइग्रेन, होर ये सब चीज़ां जिहड़ियां ने ये मन सुरजीत मन के सिरजे हुए रोग ने। तन तो सिर्फ उन्होंने सिमटम्स इजहार में लिया रहा, इस करके जिन्हें मर्जी टैसट करा लो मोस्टली पता भी नहीं लगता क्यों हो रहे हैं। मैं तो पिछले बार बयान कर रहा है कि साढ़े को हालांकि पूरा डाटा अजे अवेलेबल नहीं है पर आ जाना है हौली हौली, क्योंकि सब चीज़ अजक डाटा ही सब तो वीडी कह लो कि एक तरह की कमोडिटी अज की दुनिया के जिहड़े लोग शोल्डर प्लेट्स दुखण की शिकायत करते हैं, सर्वाइकल की बड़ी शिकायत करते हैं, मोढ़ियां दे उत्ते इत्थे भार पैण की बड़ी, तो इस तरीके नाल ओह बड़े टेंस सारा कुछ। इहदा 99% रीज़न जिहड़ा आ स्ट्रैस है, वह स्ट्रैस इनविजिबल वे नाल मोढ़ियां ते मोड़ लोड पिया बहुत ज़्यादा, मोड़ वजन ही बड़ा ज़्यादा। सो मन क्रिएट कर रहा, तन हंडा रहा, उन इस किस्म तो अरोग हो गया बंदा। मन की दुनिया के सब तो वड्डा रोग चिंता रोग आ, ओवर वरीज। ये नहीं कि बंदा बिल्कुल लापरवाह होए, ना ना ना, लापरवाही तो चंगी गल नहीं ना, परवाह तो करनी चाहिए है, रवानदारी तो होएगी दुनिया च रहेगी बंदे नूं आले दुआले दे नाल अपने आप नूं। बाड़े बाबा जी ने बयान किया कि दुनिया विच रहना विच दुनिया सेव कमाई है, तो ता ही होएगा जे तुसीं हारे आले दुआले की फिक्र लओगे उहदे बाबत गल करोगे। तो बाबा जी तो बड़ा फिक्र करते, बाबा जी तो आप जगह जगह जाते जाके प्रचार करते, लोगों सच के राह से तोरते, ईवन जे बाबर तो लोगों अवेयर करते भी हमलावर आ रहा उस रूप के। सो सारिया चीज़ा हुई, पर बाबा जी ने भी कहा
बंदे भरोसा करतार ते रख, जिहड़ी मन दियां दुनिया दे तू अपने तौर ते अपने आप नूं किसे डब्बे च बंद कर लईना एक तरह दे नाल, ते ओ बड़ी नैरो माइंडड हो के स्ट्रैस लैवल दे चा के हर चीज़ नूं अपने तरीके नाल फिक्स करना चाहुंदा, ये नहीं होएगा, पॉसीबल ही नहीं कदे भी। इत्थे जा के फिर मन आजाद हो जाता, इत्थे बाणी दा एक रोल आउंदा। गुरु महाराज बयान करदे कि ये तन जिहड़ा आ करतार दे नाल अंगेज हो गया, सर्व सुखां तेरी मंडली मन तेरा मन तन आरोग, गुण गावो नित राम के, ये अवखद योग योग कहिंदे ने जिहड़ी चीज़ सोभदी है चंगी है, ये योग चीज़ है, ये वधिया चीज़ है, उहदी बात कीती इहदे च। साहिब कहिंदे गुण गावो नित राम के, निता प्रति प्रभु का गुणगान करो, सिफत सलाह करो, उहदी स्मृति दे नाल अपने आप नूं अंगेज करो। ये जिहड़ी दात है, ये खुराक आ, ये खाण योग आ। बिल्कुल अंतलियां लाइनां ते आ जाइए, आए बसो कर देश मैं ए भले संजोग, आए बसो कर देश मैं, ये आवाज़ दिओ अपने आप नूं, अपने मन नूं, अपने विचारां नूं, उस देश ते उस घर आ के वसे जिथे वसण दे नाल ये सब चीज़ां प्राप्त हो जाण। पर होएगा कदों? आए बसो कर देश मैं ए भले संजोग, जदों कितें भले संजोग होण। संजोग कहिंदे ने सरकम सांसद नूं, हालातां नूं, बंदा जदों अपॉर्चुनिटीज़ नूं प्रॉपरली अवेल नहीं ना करता तो फिर तड़पदा आ। जिवें आपां हुण गुरु के हजूर संगत विच आए हाँ, इत्थे आके बाणी सुनीए, इत्थे आके अपने मन की दुनिया नूं एकागर करिए, गुरु महाराज की होंद नूं, प्रेजेंस नूं, संगत की प्रेजेंस नूं माणिए, अवेल कर रहे हैं समय नूं, इहदे नाल मन मंडल विच एकाग्रता जनरेट होएगी, अहसास जनरेट होएगा करतार का, भला होएगा। इन बिन जीवन में होर बहुत सारिया चीज़ा ने, जे थोड़ा बहुत समा बने बंदे नूं पाठ करे, अपने आप नूं परिवार नूं इस पासे लाए, सच दियां कदरां कीमतां दा तारनी होए, ये सारा कुछ ये है कि तुसी सरकम सांसद बनते उन्होंने अवेल करी जाते। जिते बंदा अवेल ही नहीं करता, साहब कहिंदे वह फिर भले का कार्ज नहीं गा, वह जाणो वो तो इस तरह है कि अमृत डुल रहा, कोई चीज़ प्राप्त हो रही, तो बंदा अवेसलिया मुड़ के बाद शिकायत कर रहा भी, ओ माई गॉश, जिन्होंने साहब ने कहा कौडी बदलै रतन गवाया, जीनस ना ही आप है। ओहो हो कि मगर लगा रहा तू, कि तू अपने आप को चीनिया नहीं, तो हुण रतन गवा लिया, उहदी बात कीती। बिल्कुल अंतली लाइन लै लईए इस पावन शब्द की, साहब कहते नानक प्रभ सुप्रसन्न भए लह गए वियोग। जदों प्रभु की सुप्रसन्नता खुशी मिली सानू, वह खुश हो गया साढ़े, तरस किया उसने, नानक प्रभ सुप्रसन्न भए लह गए वियोग। तीन अवस्थावां ने, वैसे तो कहा गया कि बंदा योग सीगा, योगी सीगा, ए वियोग विछोड़े की अवस्था आ, वैन वी गैट सैपरेटिड फ्रॉम द रियल एक्चुअली कैन से ऑल माइटी, तो यह होर किसी तरीके ना सोच के लैवल पर हों। ए डी एच डी वगैरह सोच देना अच्छा तुम, ए डी डी बच्चे एक्चुअली अपने आप को जिहड़ी सिचुएशन चल रही है वो अंगेज नहीं कर पाते, वियोग हो जाता। ये वड्डा जिहड़ा रोह लिया वो वर्चुअल रियालिटी पा रही है अज्ज, जिद जिद तो कोई गल नहीं करता, क्योंकि बच्चा घर में बैठा तो टीवी गवाचा वो तो है ही नहीं उत्थे मौजूद, क्लासरूम किवें मौजूद होएगा। माँ कहिंदी मेरी गल ही नहीं सुनता है, मैं रौला पाउनी हाँ, वो भाई वो अंदर टीवी चली जाता हर टाइम। वियोग साडा भी जिहड़ा है, सानू लगता कि यही सब कुछ है, बस जो असी कलटर फैलिया सार चार छपेरे, इहदा ही फिकर, इहदी चिंता। बाबा जी कहिंदे इहदे विच इक सच वसदा, उहनू पकड़, उहदे तों वियोग है तेरा, जिहनू पकड़ेगा वियोग तों दुबारा योगी हो जाएगा, पर योगी नहीं हुंदा बंदा, भोगी हो जाता, भोगी तों सोगी हो जाता। दैट इज काइंड ऑफ टोटली डिफरेंट ट्रैक, वी कैन डिस्कस ऑल दीज थिंग्स इन कमिंग डेज, बट नाउ इज द टाइम एक्चुअली टाइम फॉर सिमरन, सो आई हैव टू लीव हेयर। बाबा जी सिंह गुण गावो नित राम के, ए औखद योग ए औखद खा, ए नाल होएगा नानक प्रभ सुप्रसन्न बे लह गए वियोग, तेरे फिर वियोग लै जाएंगे, तेरा विछोड़ा जिहड़ा हैगा वो डिस्टेंस जिहड़ा घट जाएगा, तू करतार की आमद नूं उहदी होंद नूं अहसास सकेगा। साहिब रहमत करन इन आलमी वाक्यों चों सानूं चंगेरी प्रेरणा मिले। अगला समा सिमरन का है, भाई साहब आ गए ने, आप जी नूं बड़े सुंदर अंदाज दे नाल सिमरन नाल जुड़नगे, उन्होंने जी आया कहिंदे हाँ मैं इत्थे समाप्ति कर रहा हाँ। आप समूह संगत सब प्रेम आवाज़ दे के कह देना जी वाहिगुरू जी का खालसा वाहिगुरू जी की फतेह।